ਉਹਦਾ ਤਰੀਕਾ ਵੀ ਜਿਵੇਂ ਹੁਣ ਇਹ ਅਸੀਂ ਥੱਲੋ ਡੇਢ ਤੋਂ ਦੋ ਫੁੱਟ ਤਨਾ ਅਸੀਂ ਲੈ ਲਿਆ, ਇਹ ਤਨਾ ਸਾਡਾ ਠੀਕ ਹੈ, ਲੇਕਿਨ ਅਸੀਂ ਸਾਡੀ ਹਾਈਟ ਜ਼ਿਆਦਾ ਉੱਤੇ ਆ ਗਈ, ਠੀਕ ਹੈ। ਉਹਨੂੰ ਅਸੀਂ ਲੇਕਿਨ ਇਹ ਕਾਰਵਾਈ ਤੁਸੀਂ ਕਰਨੀ ਫਰਵਰੀ ਵਿੱਚ ਸਰ ਜਾਂ ਅਗਸਤ ਵਿੱਚ, ਦੋ ਟਾਈਮ ਨੇ ਪ੍ਰੂਨਿੰਗ ਦੇ, ਫਰਵਰੀ ਜਾਂ ਅਗਸਤ। ਇੱਥੇ ਸਾਡੀ ਕਲੋਪੀ ਬਣੇਗੀ, ਜਿੰਨੀਆਂ ਸ਼ਾਖਾਂ ਨਿਕਲਣਗੀਆਂ ਉਹ ਸਾਡੀਆਂ 5 ਤੋਂ 6 ਫੁੱਟ ਤੱਕ ਆਉਣਗੀਆਂ। ਅਸੀਂ ਉਹਨਾਂ ਨੂੰ ਉੱਥੇ ਰੋਕ ਕੇ, ਅਗਰ ਤਾਂ ਫਲ ਲੈ ਰਹੀਆਂ ਤਾਂ ਠੀਕ ਹੈ, ਨਹੀਂ ਤਾਂ ਉਹਨਾਂ ਦੀ ਵੈਜੀਟੇਟਿਵ ਗਰੋਥ ਰੋਕ ਦਿਆਂਗੇ ਜਾਂ ਤਾਂ ਪੱਤੇ ਤੋੜ ਦਿਆਂਗੇ। ਕੋਂਪਲ ਤਾਂ ਅਸੀਂ ਵੈਸੇ ਹੀ ਤੋੜ ਦੇਣੀ, ਅਗਰ ਸਾਡੀ ਜਿਹੜੀ ਸ਼ਾਖ ਡੇਢ ਦੋ ਫੁੱਟ ਉੱਤੇ ਜਾ ਰਹੀ ਸੀ ਕੋਂਪਲ ਤੋੜ ਦੇਣੀ, ਜਿਹਦੀ ਕੋਂਪਲ ਟੁੱਟੇਗੀ ਉਹ ਨਵੀਆਂ ਸ਼ਾਖਾਂ ਜਿਹੜੀਆਂ ਕੱਢੇਗੀ ਉਹ ਪ੍ਰੋਡਕਟਿਵ ਗਰੋਥ ਸ਼ੁਰੂ ਹੋ ਜਾਏਗੀ। ਜ਼ਿੰਕ ਅਤੇ ਬੁਰਾਨ ਦਾ ਇਸਤੇਮਾਲ ਉਹ ਰੈਗੂਲਰ ਕਰੋ। ਔਰ ਇਹ ਜਿਹੜਾ ਪੌਦਾ ਜਿਹੜਾ ਅਸੀਂ ਕੱਟਿਆ, ਛੋਟਾ ਜਿਹਾ ਪੌਦਾ, ਇਹ ਸਰਦੀ ਵਿੱਚ ਕਮੋ ਵੇਚ ਚੜਨਾ 15 ਤੋਂ 20 ਕੇਜੀ ਇਹ ਫਲ ਲੈ ਲੈ। ਔਰ ਇਹਦੇ ਪੌਦੇ ਅਸੀਂ ਬਜਾਏ ਅਸੀਂ ਇੱਕ ਫੀਲਡ ਦੇ ਵਿੱਚ 70 ਪੌਦੇ ਜਾਂ 100 ਲਾਉਂਦੇ ਹਾਂ, ਉਹ 3.5 ਮਣ ਫਲ ਅਤੇ 2 ਮਣ ਵਿੱਚੋਂ ਬੇਕਾਰ, ਅਤੇ ਜਿਹੜਾ ਮਣ ਬਚੇਗਾ ਉਹਦੇ ਵਿੱਚੋਂ ਏ ਕਲਾਸ ਅਸੀਂ ਦਾਣੇ ਕੱਢੀਏ, ਸਾਡਾ ਉਹ 8-10 ਕਿਲੋ ਏ ਕਲਾਸ ਨਿਕਲੇਗਾ, ਬਾਕੀ ਉਹ ਵੀ ਗ੍ਰੇਡ ਵਾਈਜ਼। ਫਿਰ ਅਸੀਂ ਕੀ 2 ਨੰਬਰੀ ਕਰ ਰਹੇ ਹਾਂ, ਪੇਟੀ ਥੱਲੇ ਅਸੀਂ ਕਚਰਾ ਲਾ ਕੇ ਉੱਤੇ ਇੱਕ ਤਹਿ ਲਾ ਦੇਣੇ ਚੰਗੇ, ਉਹ ਵੀ 2 ਨੰਬਰੀ ਹੋ ਜਾਂਦੀ ਉਹਦੇ ਤੋਂ, ਯਾਨੀ ਕਿ ਬਿਹਤਰ ਹੈ ਵੀ ਥੋੜ੍ਹਾ ਰੂਪ ਲਈਏ ਪੌਦੇ ਜ਼ਿਆਦਾ ਕਰ ਲਈਏ। ਔਰ ਬਿਹਤਰ ਕੋਸ਼ਿਸ਼ ਇਹ ਕਰੋ ਵੀ ਅਗਰ ਤੁਸੀਂ ਬਾਗ ਲਾਉਣਾ ਤਾਂ ਪੌਦੇ ਆਹ ਵੀ ਤਿਆਰ ਕਰ ਲਓ, ਇਹ ਪੌਦਾ ਇੱਕ ਸਾਜ ਤਿਆਰ ਹੋ ਜਾਂਦਾ। ਅੱਛਾ ਸੀਡ ਲਵੋ, ਕਲੋਨਿੰਗ ਕਰਨੀ ਹੈ ਅਗਸਤ, ਕਲੋਨਿੰਗ ਕਰ ਲਓ, ਕਲਮਾ ਲਾ ਲਓ। ਅਗਰ ਤੁਹਾਡੇ ਮਨਸੂਬੇ 'ਚ ਹੈ ਵੀ ਮੈਂ ਬਾਗ ਲਾਉਣਾ ਤਾਂ ਪੌਦੇ ਆਪ ਤਿਆਰ ਕਰੋ, ਸ਼ੌਕ ਵੱਧਦਾ ਹੈ, ਬਰਕਤ ਬਹੁਤ ਹੀ ਹੁੰਦੀ ਬੰਦੇ ਦੀ ਦਿਲਚਸਪੀ ਵਾਲੀ, ਆਹ ਪੌਦੇ ਤਿਆਰ ਕਰਕੇ ਫੀਲਡ 'ਚ ਲੈ ਲਓ, ਜੇ ਬਾਹਰੋਂ ਖਰੀਦੋਗੇ ਪਤਾ ਨਹੀਂ ਕੀ ਨਿਕਲੇਗਾ, ਦੇਸੀ ਨਿਕਲਦਾ ਜਾਂ ਕੋਈ ਹੋਰ ਨਿਕਲਦਾ। ਇਹ ਤਰੀਕਾ ਇਹਦਾ ਸਿੰਪਲ ਹੈ, ਕੋਈ ਇਹਦੇ 'ਚ ਲੰਮੀ ਚੌੜੀ ਨਹੀਂ ਹੈ।